ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ कौर ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਸੋ ਡੱਲਾ ਜੀ ਪੰਜਾਬ ਅਤੇ ਪੰਜਾਬ ਦੀ ਸਿਆਸਤ ਨਾਲ ਜੁੜੀਆਂ ਕਿਹੜੀਆਂ ਖਾਸ ਵੱਡੀਆਂ ਅੱਜ ਦੀਆਂ ਤਿੰਨ ਖਬਰਾਂ ਨੇ ਜਿਨ੍ਹਾਂ ਦੇ ਉੱਪਰ ਪੂਰਾ ਐਨਲਿਸਿਸ ਐ ਪੂਰੀ ਜਾਣਕਾਰੀ ਤੁਸੀਂ ਦਰਸ਼ਕਾਂ ਦੇ ਨਾਲ ਸਾਂਝੀ ਕਰਨਾ ਚਾਹੋਗੇ ਵੱਖ-ਵੱਖ ਪਾਰਟੀਆਂ ਜੋ ਹੈ ਕਿਸ ਤਰ੍ਹਾਂ ਦੇ ਬਿਆਨ ਤੇ ਕਿਸ ਤਰ੍ਹਾਂ ਦੀਆਂ ਗਤੀਵਿਧੀਆਂ ਚੱਲ ਰਹੀਆਂ ਕਿਸ ਤਰ੍ਹਾਂ ਦੀਆਂ ਸਰਗਰਮੀਆਂ ਨੇ ਇੱਕ ਇੱਕ ਕਰਕੇ ਸਾਰੀਆਂ ਇਹ ਵੱਡੀਆਂ ਖਬਰਾਂ ਤੇ ਜ਼ਰੂਰ ਜਾਣਨਾ ਪਾਇਓ ਦੇਖੋ ਸਭ ਤੋਂ ਪਹਿਲਾਂ ਗੱਲ ਕਰਾਂਗੇ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਜਿਹੜਾ ਡਰੱਗਸ ਨਾਲ ਸਬੰਧਤ ਕੇਸ ਦਰਜ ਹੈ ਐਨਡੀਪੀਐਸ ਐਕਟ ਦੇ ਵਿੱਚ ਉਸ ਮਾਮਲੇ ਦੇ ਵਿੱਚ ਲਗਭਗ ਨਵੇਂ ਖੁਲਾਸੇ ਹੋਏ ਨੇ ਹੁਣ ਦੋ ਤਰ੍ਹਾਂ ਦੇ ਖੁਲਾਸੇ ਨੇ মিডিਆ ਰਿਪੋਰਟਾਂ ਦੇ ਵਿੱਚ ਗੱਲ ਚੱਲ ਰਹੀ ਹੈ ਕਿ ਵਿਕਰਮ ਸਿੰਘ ਮਜੀਠੀਆ ਦੇ ਜਿਹੜੇ ਕੇਸ ਹੈ ਉਸ ਮਾਮਲੇ ਦੇ ਵਿੱਚ ED ਨੇ ਪੰਜਾਬ ਦੇ ਵਿੱਚ ਜਿਹੜੀ ਸਟ ਕੰਮ ਕਰ ਰਹੀ ਹੈ ਉਹਦੇ ਤੋਂ ਹੋਰ ਵੇਰਵੇ ਮੰਗੇ ਨੇ ਔਰ ਸਟ ਤੋਂ ਹੋਰ ਜਾਣਕਾਰੀਆਂ ਵਿਕਰਮ ਸਿੰਘ ਮਜੀਠੀਆ ਦੇ ਨਾਲ ਸੰਬੰਧਿਤ ਕੇਸ ਦੀਆਂ ਮੰਗੀਆਂ ਨੇ ਮੀਡੀਆ ਦੇ ਇੱਕ ਹਿੱਸੇ ਦੇ ਵਿੱਚ ਇਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਨੇ ਸੂਤਰਾਂ ਦੇ ਹਵਾਲੇ ਨਾਲ ਕਿ ED ਨੇ ਐਂਟਰੀ ਕੀਤੀ ਹੈ ਵਿਕਰਮ ਸਿੰਘ ਮਜੀਠੀਆ ਦੇ ਕੇਸ ਦੇ ਵਿੱਚ ਸਾਨੂੰ ਪਤਾ ਹੈ 11 ਸਾਲ ਪੁਰਾਣੇ ਇਲਜ਼ਾਮ ਵਿਕਰਮ ਸਿੰਘ ਮਜੀਠੀਆ ਤੇ ਚੱਲਦੇ ਨੇ ਉਸ ਤੋਂ ਬਾਅਦ ਚਰਨਜੀਤ ਚੰਨੀ ਉਹਨਾਂ ਦੀ ਸਰਕਾਰ ਵੇਲੇ ਜਦੋਂ ਚਰਨਜੀਤ ਚੰਨੀ ਦੀ ਸਰਕਾਰ ਲਗਭਗ ਖਤਮ ਸੀ ਉਸ ਵੇਲੇ ਵਿਕਰਮ ਸਿੰਘ ਮਜੀਠੀਆ ਤੇ ਕੇਸ ਦਰਜ ਕਰ ਦਿੱਤਾ ਗਿਆ ਸੀ ਹਾਲਾਂਕਿ ਚੋਣਾਂ ਤੋਂ ਪਹਿਲਾਂ ਉਹਨਾਂ ਦੀ ਗ੍ਰਿਫਤਾਰੀ ਦਾ ਖਤਰਾ ਸੀ ਉਹਨਾਂ ਨੂੰ ਕਿਤੇ ਗ੍ਰਿਫਤਾਰ ਨਾ ਕਰ ਲਿਆ ਜਾਵੇ ਤੇ ਉਹ ਸੁਪਰੀਮ ਕੋਰਟ ਚਲੇ ਗਏ ਸੀ ਔਰ ਚੋਣਾਂ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਨੇ ਸਰੈਂਡਰ ਕੀਤਾ ਸੀ ਇੱਕਦਮ ਔਰ ਬਹੁਤ ਲੰਮਾ ਵਕਤ ਉਹਨਾਂ ਨੇ ਜੇਲ੍ਹ 'ਚ گزارਿਆ ਤੇ ਹਾਈ ਕੋਰਟ ਤੋਂ ਉਹਨਾਂ ਨੂੰ ਜ਼ਮਾਨਤ ਮਿਲੀ ਸੀ ਹੁਣ ਵਿਕਰਮ ਸਿੰਘ ਮਜੀਠੀਏ ਨੇ ਜਿੱਦਾਂ ਹੀ ਮੀਡੀਆ ਦੇ ਇੱਕ ਹਿੱਸੇ ਦੇ ਵਿੱਚ ਇਹ ਖਬਰਾਂ ਸ਼ੁਰੂ ਹੋਈਆਂ ਕਿ ਵਿਕਰਮ ਮਜੀਠੀਆ ਦੇ ਮਾਮਲੇ ਦੇ ਵਿੱਚ ED ਦੀ ਐਂਟਰੀ ਹੋਗੀ ED ਨੇ ਜਿਹੜੀ ਪੰਜਾਬ ਦੀ ਸਿੱਟ ਹੈ ਸਿੱਟ ਤੋਂ ਜਾਣਕਾਰੀ ਮੰਗੀ ਹੈ ਵਿਕਰਮ ਸਿੰਘ ਮਜੀਠੀਆ ਦੇ ਐਸੈਟਸ ਦੇ ਬਾਰੇ ਉਹਨਾਂ ਕੋਲੇ ਕਿਹੜੀਆਂ-ਕਿਹੜੀਆਂ ਸੰਪਤੀਆਂ ਨੇ ਜਾਂ ਵਿਜੀਲੈਂਸ ਬਿਊਰੋ ਨੇ ਔਰ ਜਿਹੜੀ ਪੰਜਾਬ ਦੀ ਸਿੱਟ ਹੈ ਉਹਨੇ ਜਿਹੜੇ ਵੇਰਵੇ ਇਕੱਠੇ ਕੀਤੇ ਨੇ ਉਹਨਾਂ ਦੇ ਵਿੱਚ ਕੀ ਕੀ ਹੈ ਦੂਜੇ ਪਾਸੇ ਵਿਕਰਮ ਮਜੀਠੀਆ ਖੁਦ ਇੱਕ ਵੀਡੀਓ ਜਾਰੀ ਕਰਕੇ ਉਹ ਮੀਡੀਆ ਅੱਗੇ ਆਗੇ ਉਹਨਾਂ ਨੇ ਖੁਦ ਵੀਡੀਓ ਜਾਰੀ ਕਰ ਦਿੱਤੀ ਹੁਣ ਵਿਕਰਮ ਮਜੀਠੀਆ ਉਹਨਾਂ ਦਾ ਇਹ ਦਾਵਾ ਹੈ ਕਿ ਜਿਹੜਾ ਇਹ ਕੇਸ ਹੈ ਇਹ ਪੰਜਾਬ ਦੀ ਸਰਕਾਰ ਵੱਲੋਂ ਖੁਦ ਈਡੀ ਨੂੰ ਸੌਂਪ ਦਿੱਤਾ ਗਿਆ ਵਿਕਰਮ ਮਜੀਠੀਆ ਇਹਨੂੰ ਆਪਣੀ ਜਿੱਤ ਦੱਸ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੀ ਸਰਕਾਰ ਕੋਲੋਂ ਕੁਝ ਵੀ ਹਾਸਲ ਨਹੀਂ ਹੋ ਸਕਿਆ ਇਸ ਕੇਸ ਦੇ ਵਿੱਚ ਉਹਨਾਂ ਬਾਰੇ ਨਾ ਤਾਂ ਚਲਾਨ ਪੇਸ਼ ਕੀਤਾ ਗਿਆ ਔਰ ਨਾ ਹੀ ਕਿਸੇ ਤਰ੍ਹਾਂ ਦੀ ਰਿਕਵਰੀ ਜਾਂ ਪੈਸੇ ਦੀ ਬਰਾਮਦਗੀ ਸਿੱਟ ਜਾਂ ਪੰਜਾਬ ਦੀ ਪੁਲਿਸ ਜਾਂ ਪੰਜਾਬ ਦੀ ਸਰਕਾਰ ਕਰ ਸਕੀ ਇੱਕ ਤਰੀਕੇ ਨਾਲ ਵਿਕਰਮ ਮਜੀਠੀਆ ਇਹ ਕਹਿ ਰਹੇ ਸੀ ਕਿ ਭਗਵੰਤ ਮਾਨ ਵੀ ਇਹ ਲੜਾਈ ਮੇਰੇ ਨਾਲ ਹਾਰ ਹੀ ਨਹੀਂ ਹਾਲਾਂਕਿ ਇਹ ਵੀ ਜ਼ਿਕਰ ਕੀਤਾ ਭਗਵੰਤ ਮਾਨ ਨੇ ਕਿ ਅਰਵਿੰਦ ਕੇਜਰੀਵਾਲ ਨੇ ਖੁਦ ਇੱਕ ਵਾਰ ਇਸ ਮਾਮਲੇ 'ਚ ਉਹਨਾਂ ਤੋਂ ਮਾਫੀ ਮੰਗੀ ਸੀ ਔਰ ਇਸ ਮਾਮਲੇ 'ਚ ਉਹ ਬਿਲਕੁਲ پاک ਸਾਫ਼ ਨੇ ਉਹਨਾਂ ਦੇ ਉੱਪਰ ਸਾਰੇ ਇਲਜ਼ਾਮ ਝੂਠੇ ਨੇ ਤੇ ਉਹ ਬੇਦਾਗ ਹੋ ਕੇ ਨਿਕਲਣਗੇ ਹੁਣ ਵਿਕਰਮ ਮਜੀਠੀਆ ਕਹਿੰਦੇ ਨੇ ਕਿ ਪੰਜਾਬ ਦੀ ਸਰਕਾਰ ਨੇ ਕਿਉਂਕਿ ਕੁਝ ਵੀ ਹਾਸਲ ਨਹੀਂ ਹੋਇਆ ਪੰਜ ਸੱਟਾਂ ਪੰਜ ਵਾਰੀ ਸੱਟ ਪੰਜਾਬ ਦੇ ਵਿੱਚ ਬਣੀ ਹੈ ਤੇ ਵਿਕਰਮ ਮਜੀਠੀਆ ਕਹਿੰਦੇ ਅਖੀਰਤ ਪੰਜਾਬ ਸਰਕਾਰ ਨੇ ਇਹ ਕੇਸ ਜਿਹੜਾ ਈਡੀ ਨੂੰ ਭੇਜਿਆ ਹੁਣ ਇਹ ਆਉਂਦੇ ਦਿਨਾਂ ਚ ਸਪਸ਼ਟ ਹੋਏਗਾ ਕਿ ਕੀ ਪੰਜਾਬ ਦੀ ਸਰਕਾਰ ਨੇ ਵਿਕਰਮ ਸਿੰਘ ਮਜੀਠੀਆ ਦਾ ਕੇਸ ਈਡੀ ਨੂੰ ਭੇਜਿਆ ਜਾਂ ਈਡੀ ਨੇ ਖੁਦ ਸੱਟ ਦੀ ਕਾਰਵਾਈ ਜਾਂ ਪੰਜਾਬ ਪੁਲਿਸ ਦੀ ਕਾਰਵਾਈ ਦੇ ਵਿੱਚ ਦਖਲ ਦੇ ਕੇ ਜਾਣਕਾਰੀ ਹਾਸਲ ਕੀਤੀ ਹੁਣ ਇਹਦੇ ਲਈ ਸਾਨੂੰ ਇੰਤਜ਼ਾਰ ਕਰਨਾ ਪਏਗਾ ਅਗਲੇ ਕੁਝ ਦਿਨਾਂ ਦਾ ਔਰ ਹੋ ਸਕਦਾ ਹੈ ਉਸ ਤੋਂ ਪਹਿਲਾਂ ਵਿਕਰਮ ਸਿੰਘ ਮਜੀਠੀਆ ਕੋਈ ਪ੍ਰੈਸ ਕਾਨਫਰੰਸ ਕਰਕੇ ਆਪਣੀ ਗੱਲ ਰੱਖਣ ਇਹ ਵੀ ਹੋ ਸਕਦਾ ਹੈ ਕਿ ਪੰਜਾਬ ਪੁਲਿਸ ਜਾਂ ਪੰਜਾਬ ਦੀ ਸਰਕਾਰ ਸਰਕਾਰੀ ਤੌਰ ਤੇ ਕਿਸੇ ਤਰ੍ਹਾਂ ਦਾ ਬਿਆਨ ਜਾਰੀ ਕਰਕੇ ਆਪਣੀ ਸਥਿਤੀ ਸਪਸ਼ਟ ਕਰੇ ਪੰਜਾਬ ਦੇ ਵਿੱਚ ਦੋ ਇਸ ਵਕਤ ਵੱਡੀਆਂ ਚੁਣੌਤੀਆਂ ਨੇ ਇੱਕ ਤਾਂ ਪੰਜਾਬ ਦੇ ਵਿੱਚ ਜਿਹੜੇ ਸਰਕਾਰੀ ਹਸਪਤਾਲ ਹੈ ਉਹਨਾਂ ਦੀ ਜਿਹੜੀ ਓਪੀਡੀ ਹੈ ਆਊਟ ਪੇਸ਼ੈਂਟ ਡਿਪਾਰਟਮੈਂਟ ਓਪੀਡੀਆ ਦੇ ਵਿੱਚ ਤਿੰਨ ਤਿੰਨ ਘੰਟੇ ਦੀ ਹੜਤਾਲ ਚੱਲ ਰਹੀ ਸੀ ਜਿਹੜੀ ਹੁਣ ਘਟੂ ਘਟ ਐਤਵਾਰ ਤੱਕ ਅੱਗੇ ਵੱਧ ਸਕਦੀ ਹੈ ਪੂਰੇ ਦਿਨ ਲਈ ਸੋ ਅੱਜ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਪੂਰਾ ਦਿਨ ਲਈ ਜਿਹੜੀਆਂ ਸਰਕਾਰੀ ਹਸਪਤਾਲਾਂ ਦੀਆਂ ਓਪੀਡੀ ਸੇਵਾਵਾਂ ਨੇ ਉਹ ਬੰਦ ਰਹਿ ਸਕਦੀਆਂ ਨੇ ਜਿਹੜੀ ਐਸੋਸੀਏਸ਼ਨ ਹੈ ਪੀਸੀਐਮ ਪੰਜਾਬ ਦੇ ਜਿਹੜੇ ਸਰਕਾਰੀ ਡਾਕਟਰ ਹੈ ਜਿਹੜੀ ਉਹਨਾਂ ਦੀ ਐਸੋਸੀਏਸ਼ਨ ਹੈ ਉਹਨਾਂ ਦੀ ਕੱਲ ਮੀਟਿੰਗ ਹੋਈ ਪੰਜਾਬ ਦੇ ਸਿਹਤ ਮੰਤਰੀ ਔਰ ਹੋਰ ਅਫਸਰਾਂ ਦੇ ਨਾਲ ਔਰ ਇਸ ਮੀਟਿੰਗ ਚ ਕੋਈ ਫੈਸਲਾ ਨਹੀਂ ਹੋ ਸਕਿਆ ਹਾਲਾਂਕਿ ਡਾਕਟਰਾਂ ਦਾ ਇਹ ਕਹਿਣਾ ਜਿਹੜੇ ਉਹਨਾਂ ਦੇ ਪ੍ਰਧਾਨ ਵੀ ਨੇ ਪੀसीएमਐਸ ਐਸੋਸੀਏਸ਼ਨ ਦੇ ਡਾਕਟਰ ਅਖਿਲ ਸਰੀਨ ਉਹਨਾਂ ਦਾ ਇਹ ਕਹਿਣਾ ਕਿ ਸਰਕਾਰ ਜ਼ੁਬਾਨੀ ਤੌਰ ਤੇ ਸਾਡੀਆਂ ਮੰਗਾਂ ਨਾਲ ਸਹਿਮਤ ਹੈ ਪਰ ਲਿਖਤੀ ਤੌਰ ਤੇ ਹਲੇ ਤੱਕ ਸਾਨੂੰ ਕੁਝ ਨਹੀਂ ਮਿਲਿਆ ਇਸ ਕਰਕੇ ਅਗਲੇ ਦਿਨਾਂ ਦੇ ਵਿੱਚ ਅਸੀਂ ਇਹਦੇ ਤੇ ਫੈਸਲਾ ਕਰਾਂਗੇ ਉਧਰ ਡਾਕਟਰ ਬਲਵੀਰ ਸਿੰਘ ਦਾ ਬਿਆਨ ਆਇਆ ਜਿਹੜੇ ਸਿਹਤ ਮੰਤਰੀ ਆ ਉਹ ਕਹਿੰਦੇ ਅਸੀਂ ਮੰਗਾ ਮੰਨ ਲਈਆਂ ਰਸਮੀ ਤੌਰ ਦੇ ਉੱਤੇ ਅਸੀਂ ਮੰਗਾ ਮੰਨ ਲਈਆਂ ਨੇ ਔਰ ਬਹੁਤ ਜਲਦ ਸਾਰੇ ਵੇਰਵੇ ਸਾਂਝੇ ਕੀਤੇ ਜਾਣਗੇ ਉਹਨਾਂ ਨੇ ਇਸ ਤਰੀਕੇ ਦਾ ਆਪਣਾ ਬਿਆਨ ਦਿੱਤਾ ਹੁਣ ਮੰਗਾ ਕੀ ਨੇ ਸਰਕਾਰੀ ਡਾਕਟਰ ਕਹਿੰਦੇ ਇੱਕ ਤਾਂ ਸਾਡੀਆਂ ਪ੍ਰੋਮੋਸ਼ਨਾਂ ਕੀਤੀਆਂ ਜਾਣ ਇੱਕ ਸਾਡੀ ਔਰ ਜਿਹੜਾ ਸਾਡਾ ਪੈਰਾਮੈਡੀਕਲ ਸਟਾਫ ਹੈ ਉਹਨਾਂ ਦੀਆਂ ਪ੍ਰੋਮੋਸ਼ਨਾਂ ਕੀਤੀਆਂ ਜਾਣ ਉਹਨਾਂ ਦੀ ਸੁਰੱਖਿਆ ਦਾ ਖਿਆਲ ਰੱਖਿਆ ਜਾਵੇ ਸੁਰੱਖਿਆ ਇੱਕ ਬਹੁਤ ਵੱਡਾ ਮੁੱਦਾ ਇਹ ਬਣੀ ਹੈ ਇਦੇ ਨਾਲ ਨਾਲ ਉਹ ਕਹਿੰਦੇ ਕਿ ਸੁਪਰੀਮ ਕੋਰਟ ਦੀਆਂ ਜਿਹੜੀਆਂ ਗਾਇਡਲਾਈਨਸ ਨੇ ਡਾਕਟਰਾਂ ਦੀ ਸੁਰੱਖਿਆ ਲਈ ਉਹਨਾਂ ਨੂੰ ਲਾਗੂ ਕੀਤਾ ਜਾਵੇ। ਮੂਲ ਰੂਪ ਦੇ ਵਿੱਚ ਡਾਕਟਰਾਂ ਦੀਆਂ ਇਹ ਮੰਗਾਂ ਨੇ ਹੁਣ ਪੰਜਾਬ 'ਚ ਸਿਰਫ ਡਾਕਟਰਾਂ ਦੀ ਹੜਤਾਲ ਕਰਕੇ ਹੀ ਆਮ ਲੋਕ ਔਖੇ ਨਹੀਂ। ਬਿਜਲੀ ਮੁਲਾਜ਼ਮ ਨੇ ਜਿਹੜੇ ਟੈਕਨੀਕਲ ਸਟਾਫ ਵੀ ਉਹਦੇ ਵਿੱਚ ਬਹੁਤ ਸਾਰਾ ਜਿਹੜੇ ਬਿਜਲੀ ਮੁਲਾਜ਼ਮ ਦੇ ਪੰਜਾਬ ਦੇ ਅੰਦਾਜ਼ਨ 20000 ਦੇ ਕਰੀਬ ਉਹਨਾਂ ਦਾ ਅੰਕੜਾ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ 20000 ਦੇ ਕਰੀਬ ਬਿਜਲੀ ਮੁਲਾਜ਼ਮ ਵੀ ਉਹਨਾਂ ਨੇ ਛੁੱਟੀ ਭਰੀ ਸੀ ਪਰਸੋਂ ਇੱਕ ਤਰੀਕੇ ਨਾਲ ਉਹ ਵੀ ਛੁੱਟੀ ਤੇ ਨੇ ਜਾਂ ਹੜਤਾਲ ਤੇ ਨੇ ਇਹ ਅਸੀਂ ਕਹਿ ਸਕਦੇ ਹਾਂ ਔਰ ਉਹਨਾਂ ਦੀਆਂ ਮੰਗਾਂ ਵੀ ਬਹੁਤ ਸਾਰੀਆਂ ਮੰਗਾਂ ਜਿਹੜੀਆਂ ਉਹਨਾਂ ਦੀਆਂ ਵੀ ਨੇ ਉਹ ਜਾਇਜ਼ ਮੰਗਾਂ ਨਜ਼ਰ ਆਉਂਦੀਆਂ ਨੇ ਇੱਕ ਤਾਂ ਪੰਜਾਬ ਦੇ ਵਿੱਚ ਬਹੁਤ ਸਾਰੇ ਬਿਜਲੀ ਮੁਲਾਜ਼ਮ ਹੈ ਅਸੀਂ ਦੇਖਦੇ ਹਾਂ ਜਦੋਂ ਬਿਜਲੀ ਖਰਾਬ ਹੁੰਦੀ ਹੈ ਤੇ ਖੰਭਿਆਂ ਤੇ ਚੜਦੇ ਨੇ ਤੇ ਕਈ ਵਾਰੀ ਉਹਨਾਂ ਨੂੰ ਕਰੰਟ ਵੱਜਦਾ ਹੈ ਇਹਦਾ ਮਤਲਬ ਹੈ ਕਿ ਬਿਜਲੀ ਬੋਰਡ ਨੇ ਜਾਂ ਸਾਡੀਆਂ ਸਰਕਾਰਾਂ ਨੇ ਜਾਂ ਠੇਕੇਦਾਰਾਂ ਨੇ ਅਗਰ ਉਹ ਕੱਚੇ ਮੁਲਾਜ਼ਮ ਨੇ ਜਿਹੜੇ ਬਿਜਲੀ ਠੀਕ ਕਰਨ ਜਾਂਦੇ ਨੇ ਇਹਦਾ ਮਤਲਬ ਹੈ ਉਹਨਾਂ ਨੂੰ ਸੇਫਟੀ ਕਿੱਟਾਂ ਨਹੀਂ ਦਿੱਤੀਆਂ ਗਈਆਂ ਇਹ ਬਹੁਤ ਵੱਡੀ ਲਾਪਰਵਾਹੀ ਹੈ ਪੰਜਾਬ ਦੇ ਵਿੱਚ ਬਿਜਲੀ ਦੀਆਂ ਕੰਪਨੀਆਂ ਨੇ ਜਿਹੜੀਆਂ ਉਹਨਾਂ ਕੋਲੇ ਚੰਗਾ ਚੋਖਾ ਪੈਸਾ ਬਿਜਲੀ ਦੇ ਬਿਲਾ ਤੋਂ ਵੀ ਆਉਂਦਾ ਹੈ ਭਾਵੇਂ ਮੁਫਤ ਬਿਜਲੀ ਹੈ ਇਸ ਦੇ ਬਾਵਜੂਦ ਵੀ ਉਹ ਸਰਕਾਰ ਵੱਲੋਂ ਵੀ ਜਿਹੜੀ ਉਹਨਾਂ ਨੂੰ ਰਾਸ਼ੀ ਦਿੱਤੀ ਜਾਂਦੀ ਹੈ ਅਗਰ ਸਬਸਿਡੀ ਆ ਤੇ ਸਰਕਾਰ ਉਹ ਪੈਸਾ ਪੀਐਸਪੀਸੀਐਲ ਨੂੰ ਜਾਂ ਜਿਹੜੀ ਟਰਾਂਸਮਿਸ਼ਨ ਵਾਲੀ ਸਾਡੀ ਕੰਪਨੀ ਹੈ ਪੰਜਾਬ ਪਾਵਰ ਟਰਾਂਸਮਿਸ਼ਨ ਉਹਨਾਂ ਨੂੰ ਦਿੰਦੀ ਹੈ ਹੁਣ ਅਗਰ ਮੁਲਾਜ਼ਮ ਠੇਕੇ ਤੇ ਰੱਖੇ ਗਏ ਨੇ ਜਾਂ ਕੱਚੇ ਮੁਲਾਜ਼ਮ ਨੇ ਤੇ ਲਾਜ਼ਮੀ ਹੈ ਕਿ ਸਰਕਾਰ ਉਹਨਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਚੱਕੇ ਬਹੁਤ ਸਾਰੇ ਕੇਸ ਪਿਛਲੇ ਦਿਨਾਂ ਦੇ ਵਿੱਚ ਹੋਏ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਮੁਲਾਜ਼ਮ ਖਾਸੇ ਦਾ ਸ਼ਿਕਾਰ ਹੋਏ ਤੇ ਦੁਨੀਆ ਤੋਂ ਚਲੇ ਗਏ ਹੁਣ ਜਿਹੜੀ ਮੰਗ ਹੈ ਇਹਨਾਂ ਦਾ ਸਾਂਝਾ ਐਕਸ਼ਨ ਫਰੰਟ ਹੈ ਜਾਂ ਸਾਂਝਾ ਮੋਰਚਾ ਜਾਂ ਮੁਲਾਜ਼ਮਾਂ ਦੇ ਵੱਖ-ਵੱਖ ਫਰੰਟ ਨੇ ਸੂਬਾ ਪੱਧਰ ਦੇ ਉਹਨਾਂ ਦੀ ਮੰਗ ਇਹ ਹੈ ਕਿ ਸਰਕਾਰ ਅਗਰ ਕੋਈ ਪੁਲਿਸ ਦੇ ਵਿੱਚ ਸ਼ਹੀਦ ਹੁੰਦਾ ਫੌਜ 'ਚ ਸ਼ਹੀਦ ਹੁੰਦਾ ਦੇਸ਼ ਦੀ ਰਾਖੀ ਕਰਦੇ ਤੇ ਉਹਨਾਂ ਨੂੰ 1 ਕਰੋੜ ਰੁਪਏ ਦਿੱਤਾ ਜਾਂਦਾ ਸੋ ਬਿਜਲੀ ਮੁਲਾਜ਼ਮ ਅਗਰ ਆਪਣੀ ਡਿਊਟੀ ਕਰਦੇ ਹੋਏ ਬਿਜਲੀ ਠੀਕ ਕਰਦੇ ਹੋਏ ਖੰਭੇ ਤੇ ਜਾਂ ਟਰਾਂਸਫਾਰਮਰ ਤੇ ਅਗਰ ਉਹ ਹਾਰਦ ਸੇਚ ਮਾਰਿਆ ਜਾਂਦਾ ਤੇ ਸ਼ਹੀਦ ਦਾ ਦਰਜਾ ਮਿਲੇ ਔਰ 1 ਕਰੋੜ ਰੁਪਏ ਦਾ ਮੁਆਵਜ਼ਾ ਪਰਿਵਾਰ ਨੂੰ ਮਿਲੇ ਦੇਖੋ ਅਗਰ ਪੁਲਿਸ ਔਰ ਫੌਜ ਨੂੰ ਇਹ ਸਹੂਲਤ ਹੈ ਆਪਣੇ ਕੰਮ ਦੇ ਸਮੇਂ ਅਗਰ ਉਹ ਸ਼ਹੀਦ ਹੁੰਦੇ ਨੇ ਤੇ ਬਾਕੀ ਮਹਿਕਮਿਆਂ ਵਾਲੇ ਵੀ ਮੰਗ ਕਰਨਗੇ ਔਰ ਬਿਜਲੀ ਬੋਰਡ ਵਾਲੇ ਮੁਲਾਜ਼ਮ ਖਾਸ ਤੌਰ ਤੇ ਰਿਸਕ ਚ ਰਹਿੰਦੇ ਨੇ ਅਗਰ ਉਹਨਾਂ ਨੇ ਟਰਾਂਸਫਾਰਮਰ ਤੇ ਚੜਨਾ ਹੈ ਅਗਰ ਹਾਈ ਵੋਲਟੇਜ ਲਾਈਨਸ ਨੇ ਜਾਂ ਉਹ ਆਪਣੇ ਥਰਮਲ ਪਲਾਂਟਾਂ ਦੇ ਵਿੱਚ ਨੇ ਬਿਜਲੀ ਪਲਾਂਟਾਂ ਦੇ ਵਿੱਚ ਨੇ ਸੋ ਉਹ ਵੀ ਇਹ ਮੰਗ ਕਰ ਰਹੇ ਨੇ ਕਿ ਸਾਨੂੰ ਵੀ ਇਹ ਮੰਨਿਆ ਜਾਵੇ ਅਗਰ ਅਸੀਂ ਡਿਊਟੀ ਦੌਰਾਨ ਕੋਈ ਮੁਲਾਜ਼ਮ ਮਾਰਿਆ ਜਾਂਦਾ ਹੈ ਬਹੁਤ ਸਾਰੇ ਪਿੱਛੇ ਮੁਲਾਜ਼ਮ ਜਦੋਂ ਜ਼ਖਮੀ ਹੋਏ ਤੇ ਮੁਲਾਜ਼ਮ ਜਥੇਬੰਦੀਆਂ ਨੇ ਪੈਸੇ ਇਕੱਠੇ ਕਰਕੇ ਇਲਾਜ ਕਰਾਇਆ ਸੋ ਉਹਨਾਂ ਨੂੰ ਰੋਸ ਹੈ ਕਿ ਸਾਨੂੰ ਵੀ 1 ਕਰੋੜ ਦਿੱਤਾ ਜਾਵੇ ਔਰ ਇਹ ਮੰਗ ਕਿਸੇ ਹੱਦ ਤੱਕ ਉਹਨਾਂ ਦੀ ਜਾਇਜ਼ ਵੀ ਲੱਗਦੀ ਹੈ ਜਾਂ ਸਰਕਾਰ ਉਹਨਾਂ ਦੀ ਸੇਫਟੀ ਦਾ ਮੁਕੰਮਲ ਤੌਰ ਤੇ ਪ੍ਰਬੰਧ ਕਰੇ ਸੋ ਉਹ ਵੀ ਹੜਤਾਲ ਤੇ ਚੱਲ ਰਹੇ ਨੇ ਕਈ ਤਰ੍ਹਾਂ ਦੀਆਂ ਦੁਸ਼ਵਾਰੀਆਂ ਆ ਰਹੀਆਂ ਨੇ ਹਾਲਾਂਕਿ ਇਹਦੇ ਬਾਰੇ ਜਿੰਦੋਂ ਤੱਕ ਕਿ ਮੈਂ ਐਨਾਲਿਸਿਸ ਕਰ ਰਿਹਾ ਖਬਰ ਦਾ ਇਹ ਵੀ ਹੋ ਸਕਦਾ ਹੈ ਕਿ ਉਹਨਾਂ ਦੀ ਹੜਤਾਲ ਖਤਮ ਹੋ ਚੁੱਕੀ ਹੋਵੇ ਜਾਂ ਉਹ ਵਾਪਸ ਆ ਚੁੱਕੇ ਹੋਣ ਪਰ ਪਿਛਲੇ ਕਈ ਦਿਨ 9 ਤਰੀਕ ਨੂੰ 10 ਤਰੀਕ ਨੂੰ ਇਹ ਹੜਤਾਲ ਹੈ ਜਿਹੜੀ ਇਹ ਕਈ ਥਾਵਾਂ ਦੇ ਉੱਤੇ ਜਾਰੀ ਰਹੀ ਹੈ ਹੁਣ ਇਹ ਇਹਦੇ ਨਾਲ ਨਾਲ ਇੱਕ ਹੋਰ ਵੱਡੀ ਖਬਰ ਦਾ ਜ਼ਿਕਰ ਜ਼ਰੂਰ ਅਸੀਂ ਕਰ ਸਕਦੇ ਹਾਂ ਚੰਡੀਗੜ੍ਹ ਦੇ ਵਿੱਚ ਸੈਕਟਰ 10 ਦੇ ਵਿੱਚ ਇੱਕ ਕੋਠੀ 'ਚ ਸ਼ਾਮ ਨੂੰ ਅਚਾਨਕ ਹੀ ਕੋਠੀ ਦੇ ਅੰਦਰ ਕੋਈ ਵਿਸਫੋਟਕ ਪਦਾਰਥ ਸੁੱਟਿਆ ਜਾਂਦਾ ਹੈ ਤੇ ਵੱਡਾ ਧਮਾਕਾ ਹੁੰਦਾ ਹੈ ਮੀਡੀਆ ਦੇ ਵਿੱਚ ਵੀ ਇਹ ਤਸਵੀਰਾਂ ਖਬਰਾਂ ਚੱਲ ਰਹੀਆਂ ਨੇ ਸੋਸ਼ਲ ਮੀਡੀਆ ਤੇ ਵੀ ਕਾਫੀ ਵੱਡਾ ਧਮਾਕਾ ਹੁੰਦਾ ਇੰਜ ਲੱਗਦਾ ਹੈ ਕਿ ਵਿਸਫੋਟਕ ਹੈ ਜਿਹੜਾ ਉਹ ਸੁੱਟਿਆ ਗਿਆ ਔਰ ਜਿੱਦਾਂ ਹੀ ਵਿਸਫੋਟਕ ਦਾ ਧਮਾਕਾ ਹੁੰਦਾ ਹੈ ਇੱਕ 3 ਵੀਲਰ ਜਿਹੜਾ ਬਾਹਰ ਨਿਕਲਦਾ ਉਸ ਰਸਤੇ ਤੋਂ ਛੋਟੀ ਜੀ ਸੜਕ ਹੈ ਤੇ ਉਹ 3 ਵੀਲਰ ਦੇ ਉੱਤੇ ਸ਼ੱਕ ਜਾਂਦਾ ਸੀ ਕਿ ਵਿਸਫੋਟ ਕਰਨ ਵਾਲੇ 3 ਵੀਲਰ ਦੇ ਵਿੱਚ ਬੈਠੇ ਹੋ ਸਕਦੇ ਨੇ ਜਾਂ ਇਹ ਵੀ ਹੋ ਸਕਦਾ ਹੈ ਕਿ ਵਿਸਫੋਟ ਜਿੱਥੇ ਹੋਇਆ ਉਹਦੇ ਬਿਲਕੁਲ ਨੇੜੇ 3 ਵੀਲਰ ਹੋਵੇ ਤੇ ਵਿਸਫੋਟ ਹੋਣ ਤੋਂ ਡਰ ਕੇ 3 ਵੀਲਰ ਵਾਲਾ ਆਪਣਾ 3 ਵੀਲਰ ਚਲਾ ਕੇ ਲੈ ਗਿਆ ਹੋਵੇ ਇਹ ਵੀ ਸੰਭਾਵਨਾ ਹੋ ਸਕਦੀ ਹੈ ਹੁਣ ਚੰਡੀਗੜ੍ਹ ਦੀ ਪੁਲਿਸ ਉਸ 3 ਵੀਲਰ ਨੂੰ ਲੱਭ ਰਹੀ ਹੈ ਸੀਸੀਟੀਵੀ ਨੇ ਬਹੁਤ ਦੂਰੋਂ ਉਸ 3 ਵੀਲਰ ਦੀ ਤਸਵੀਰ ਲਈ ਹੈ ਅਗਰ ਕੋਈ ਨਜ਼ਦੀਕ ਸੀਸੀਟੀਵੀ ਹੋਏਗਾ ਜਾਂ ਉਹ 3 ਵੀਲਰ ਜਦੋਂ ਅਗਲੇ ਚੌਂਕ 'ਚ ਜਾ ਰਿਹਾ ਹੋਏਗਾ ਤੇ ਉਹਦੀਆਂ ਸੀਸੀਟੀਵੀ ਤਸਵੀਰਾਂ ਲੈਣ ਦੀ ਕੋਸ਼ਿਸ਼ ਚੰਡੀਗੜ੍ਹ ਪੁਲਿਸ ਕੱਲ ਰਾਤ ਪਰ ਕਰਦੀ ਰਹੀ ਹੋਏਗੀ ਹੋ ਸਕਦਾ ਹੁਣ ਤੱਕ ਪਤਾ ਲੱਗ ਗਿਆ ਹੋਵੇ ਤੇ ਉਹ 3 ਵੀਲਰ ਹੈ ਜਿਹੜਾ ਉਹ ਪੁਲਿਸ ਦੇ ਹੱਥ ਆ ਚੁੱਕਿਆ ਹੋਵੇ ਪਰ ਘਰ ਦੇ ਬਾਹਰ ਕੋਈ ਮੌਜੂਦ ਨਹੀਂ ਸੀ ਵਿੜੇ 'ਚ ਇਸ ਕਰਕੇ ਕੋਈ ਕਿਸੇ ਕਿਸਮ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਚੰਡੀਗੜ੍ਹ ਦੇ ਵਿੱਚ ਬਹੁਤ ਸਮੇਂ ਬਾਅਦ ਇਸ ਤਰੀਕੇ ਦੇ 폭ੋਰਟ ਹੋਣ ਦੀ ਗੱਲ ਹੋਈ ਹੈ ਇਹ ਕੋਈ ਹੈਂਡ ਗ੍ਰੇਨੇਡ ਸੀ ਜਾਂ ਕੀ ਸੀ ਇਹਦੇ ਬਾਰੇ ਆਫੀਸ਼ੀਅਲ ਤੌਰ ਤੇ ਅਧਿਕਾਰਿਕ ਤੌਰ ਤੇ ਚੰਡੀਗੜ੍ਹ ਦੀ ਪੁਲਿਸ ਨੇ ਹਜੇ ਤੱਕ ਕਿਸੇ ਤਰ੍ਹਾਂ ਦੀ ਜਾਣਕਾਰੀ ਸਾਂਝੀ ਨਹੀਂ ਕੀਤੀ ਸੋ ਉਸ ਜਾਣਕਾਰੀ ਤੋਂ ਬਾਅਦ ਉਹਦੇ ਤੇ ਜ਼ਿਆਦਾ ਗੱਲ ਕੀਤੀ ਜਾ ਸਕਦੀ ਹੈ ਹੁਣ ਰਾਹੁਲ ਗਾਂਧੀ ਦੀ ਗੱਲ ਇੱਕ ਵਾਰੀ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਅਮਰੀਕਾ ਚ ਰਾਹੁਲ ਗਾਂਧੀ ਗਏ ਹੋਏ ਨੇ ਇੱਕ ਯੂਨੀਵਰਸਿਟੀ ਚ ਵਿਦਿਆਰਥੀਆਂ ਨੂੰ ਸੰਬੋਧਨ ਕਰ ਰਹੇ ਸੀ ਉਹਨਾਂ ਅੱਗੇ ਬਹੁਤ سارے ਵਿਸ਼ੇ ਰਾਹੁਲ ਗਾਂਧੀ ਨੇ ਚੱਕੇ ਨਰਿੰਦਰ ਮੋਦੀ ਦੀ ਸਰਕਾਰ ਦੀਆਂ ਕਮੀਆਂ ਵੀ ਰਾਹੁਲ ਗਾਂਧੀ ਨੇ ਉਭਾਰੀਆਂ ਔਰ ਇਹ ਵੀ ਕਹਿਣ ਦੀ ਕੋਸ਼ਿਸ਼ ਕੀਤੀ ਕਿ ਹੁਣ ਮੈਂ ਵਿਰੋਧੀ ਧਿਰ ਦਾ ਲੀਡਰ ਹਾਂ ਤੇ तमाम ਮੁੱਦੇ ਨੇ ਜਿਹੜੇ ਉਹ ਮੈਂ ਉਭਾਰੂੰਗਾ ਔਰ ਮੈਂ ਨਫ਼ਰਤ ਨਹੀਂ ਫੈਲਣ ਦੇਣੀ ਰਾਹੁਲ ਗਾਂਧੀ ਬਹੁਤ ਸਾਰੀਆਂ ਗੱਲਾਂ ਲਗਾਤਾਰ ਕਰਦੇ ਰਹੇ ਸਿੱਖ ਭਾਈਚਾਰੇ ਦੇ ਸਬੰਧ ਦੇ ਵਿੱਚ ਵੀ ਰਾਹੁਲ ਗਾਂਧੀ ਨੇ ਇੱਕ ਵੱਡਾ ਬਿਆਨ ਦਿੱਤਾ ਜੀ ਜਿਸ ਤੇ ਸਿਆਸਤ ਵੀ ਆ ਹੋਇਆ ਕਿ ਕਿ ਦਿੱਲੀ ਦੇ ਵਿੱਚ ਜਿਹੜੇ ਬੀਜੇਪੀ ਦਾ ਸਿੱਖ ਮੋਰਚਾ ਹੈ ਉਹਨਾਂ ਨੇ ਵੱਡਾ ਪ੍ਰਦਰਸ਼ਨ ਕੱਲ ਦਿੱਲੀ 'ਚ ਕੀਤਾ ਰਾਹੁਲ ਗਾਂਧੀ ਦੇ ਖਿਲਾਫ ਉਹਨਾਂ ਨੇ ਪ੍ਰੋਟੈਸਟ ਕੀਤਾ ਰਾਹੁਲ ਗਾਂਧੀ ਤੋਂ ਮਾਫੀ ਮੰਗਣ ਦੀ ਗੱਲ ਕੀਤੀ ਕਈ ਵਾਰ ਰਾਹੁਲ ਗਾਂਧੀ ਦੇ ਜਿਹੜੇ ਬਿਆਨ ਨੇ ਉਹ ਬਹੁਤ ਸਪਸ਼ਟਤਾ ਵਾਲੇ ਨਹੀਂ ਹੁੰਦੇ ਜਿਹੜੀ ਵੀ ਰਾਹੁਲ ਗਾਂਧੀ ਦੀ ਟੀਮ ਹੈ ਜਿਹੜੀ ਲਗਾਤਾਰ ਉਹਨਾਂ ਨੂੰ ਬਿਆਨਾਂ ਦੇ ਸਬੰਧ ਦੇ ਵਿੱਚ ਜਾਣਕਾਰੀ ਦਿੰਦੀ ਹੈ ਜਾਂ ਭੂਮਿਕਾ ਤਿਆਰ ਕਰਾਉਂਦੀ ਹੈ ਉਹਦੀ ਵੀ ਕਿਤੇ ਨਾ ਕਿਤੇ ਕਮੀ ਰਹੀ ਕਿਉਂਕਿ ਜਿਸ ਤਰ੍ਹਾਂ ਨਾਲ ਰਾਹੁਲ ਗਾਂਧੀ ਨੇ ਸਿੱਖਾਂ ਦੇ ਉੱਤੇ ਬਿਆਨ ਦਿੱਤਾ ਇਹਦੇ ਵਿੱਚ ਕੋਈ ਦੋਹਰਾਈ ਨਹੀਂ ਹੈ ਕਿ ਸਿੱਖ ਭਾਈਚਾਰੇ ਦੀਆਂ ਬਹੁਤ ਸਾਰੀਆਂ ਮੰਗਾਂ ਨੇ ਜਿਹੜੀ ਉਹਨਾਂ ਦੀ ਭਾਰਤ ਸਰਕਾਰ ਦੇ ਨਾਲ ਡਿਮਾਂਡਾਂ ਬਕਾਇਆ ਨੇ ਬਹੁਤ ਸਾਰੀਆਂ ਮੰਗਾਂ ਨੇ ਸਿੱਖ ਭਾਈਚਾਰੇ ਦੀਆਂ ਭਾਰਤ ਸਰਕਾਰ ਤੋਂ ਜਿਹੜੀਆਂ ਪੂਰੀਆਂ ਨਹੀਂ ਹੋ ਰਹੀਆਂ ਪਰ ਰਾਹੁਲ ਗਾਂਧੀ ਨੇ ਜਿਸ ਤਰ੍ਹਾਂ ਨਾਲ ਆਪਣਾ ਬਿਆਨ ਦਿੱਤਾ ਉਸ ਤੋਂ ਸਨੇਹਾ ਹੀ ਗਿਆ ਕਿ ਜਿਵੇਂ ਭਾਰਤ ਦੇ ਵਿੱਚ ਸਿੱਖ ਭਾਈਚਾਰੇ ਦੇ ਕਿਸੇ ਵਿਅਕਤੀ ਲਈ ਗੁਰਦੁਆਰਾ ਸਾਹਿਬ ਚ ਜਾਣਾ ਔਖ ਹੈ ਪੱਗ ਬੰਨ ਕੇ ਚੱਲਣਾ ਔਖ ਹੈ ਜਾਂ ਪੱਗ ਬੰਨਣਾ ਬਹੁਤ ਆਸਾਨ ਹੈ ਜਦ ਕਿ ਇਹ ਜਾਂ ਕੁਝ ਨਹੀਂ ਹੈ ਭਾਰਤ ਦੇ ਵਿੱਚ ਕਈ ਜਗ੍ਹਾ ਤੇ ਇਸ ਤਰ੍ਹਾਂ ਦੀਆਂ ਚਿੰਤਾਵਾਂ ਨਹੀਂ ਸਿੱਖ ਭਾਈਚਾਰੇ ਦੀਆਂ ਕਿ ਕਿਤੇ ਇਮਤਿਹਾਨ ਸੀ ਤੇ ਸਿੱਖ ਭਾਈਚਾਰੇ ਦੇ ਕੈਂਡੀਡੇਟ ਤੋਂ ਕੜਾ ਉਤਰਵਾਇਆ ਗਿਆ ਇਹ ਵੀ ਪਿੱਛੇ ਜੇ ਖਬਰਾਂ ਆਈਆਂ ਕਿ ਕਿਸਾਨ ਆਗੂ ਸੀ ਉਹਨਾਂ ਨੂੰ ਜਹਾਜ਼ 'ਚ ਨਹੀਂ ਚੜਨ ਦਿੱਤਾ ਗਿਆ ਕਈ ਸਮੱਸਿਆਵਾਂ ਨੇ ਪਰ ਜਿਸ ਤਰ੍ਹਾਂ ਨਾਲ ਰਾਹੁਲ ਗਾਂਧੀ ਨੇ ਗੱਲ ਕੀਤੀ ਉਸ ਤਰ੍ਹਾਂ ਦੀ ਗੱਲ ਨਹੀਂ ਹੈ ਇਸ ਕਰਕੇ ਰਾਹੁਲ ਗਾਂਧੀ ਆਪਣੀਆਂ ਗੱਲਾਂ ਨੂੰ ਜਿਹੜੀਆਂ ਅਸਲ ਸਮੱਸਿਆਵਾਂ ਨੇ ਉਹਨਾਂ ਤੇ ਕੇਂਦਰਿਤ ਨਹੀਂ ਕਰ ਸਕੇ ਤੇ ਜੋ ਕੁਝ ਰਾਹੁਲ ਗਾਂਧੀ ਨੇ ਕਿਹਾ ਉਹ ਖੁੱਲੇ ਪੱਦਰ ਤੇ ਸਿੱਖ ਭਾਈਚਾਰੇ ਨੇ ਵੀ ਪਰਵਾਹ ਨਹੀਂ ਕੀਤਾ ਸ਼ੋ ਮੇਰਾ ਇਹ ਮੰਨਣਾ ਹੈ ਕਿ ਰਾਹੁਲ ਗਾਂਧੀ ਜਦੋਂ ਵੀ ਇਹ ਠੀਕ ਹੈ ਕਿ ਸਾਡੇ ਮੁਲਕ ਦੇ ਵਿੱਚ ਬਹੁਤ ਸਾਰੇ ਜਿਹੜੇ ਲੀਡਰ ਨੇ ਸਿੱਖ ਭਾਈਚਾਰੇ ਦੇ ਉਹ ਵੱਖ-ਵੱਖ ਧਾਰਮਿਕ ਮੰਗਾਂ ਨੂੰ ਲੈ ਕੇ ਉਹਨਾਂ ਨੇ ਮੰਗ ਪੱਤਰ ਬਕਾਇਆ ਨੇ ਭਾਰਤ ਦੀ ਸਰਕਾਰ ਵੱਲ ਮੰਗਾਂ ਪੈਂਡਿੰਗ ਨੇ ਨਹੀਂ ਮੰਨੀਆਂ ਜਾ ਰਹੀਆਂ ਸਿਰਫ ਸਿੱਖ ਭਾਈਚਾਰਿਆਂ ਨਹੀਂ ਹੋਰ ਭਾਈਚਾਰਿਆਂ ਨੇ ਵੀ ਕਈ ਅਜਿਹੀਆਂ ਮੰਗਾਂ ਨੇ ਜਿਨ੍ਹਾਂ ਤੇ ਮਤਭੇਦ ਹੈ ਕਿ ਉਹ ਪਾਰ ਸਰਕਾਰ ਮੰਨਦੀ ਹੈ ਜਾਂ ਨਹੀਂ ਮੰਨਦੀ ਪਰ ਜਿਸ ਤਰ੍ਹਾਂ ਨਾਲ ਰਾਹੁਲ ਗਾਂਧੀ ਨੇ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਉਹ ਸਮਝਾ ਨਹੀਂ ਸਕੇ ਮੈਨੂੰ ਇਹ ਲੱਗਦਾ ਹੈ ਕਿ ਰਾਹੁਲ ਗਾਂਧੀ ਕਿਤੇ ਨਾ ਕਿਤੇ ਭਾਰਤ ਦੇ ਵਿੱਚ ਘਟ ਗਿਣਤੀ ਦੀਆਂ ਚੁਣੌਤੀਆਂ ਨੇ ਉਹਨਾਂ ਦਾ ਜ਼ਿਕਰ ਕਰਨਾ ਚਾਹੁੰਦੇ ਸੀ ਕਿ ਘਟ ਗਿਣਤੀ ਨੂੰ ਹਜੇ ਵੀ ਭਾਰਤ 'ਚ ਕਈ ਚੁਣੌਤੀਆਂ ਨੇ ਹਾਲਾਂਕਿ ਇਹ ਵੀ ਅਸੀਂ ਨਹੀਂ ਪੁੱਛ ਸਕਦੇ ਕਿ ਰਾਹੁਲ ਗਾਂਧੀ ਜਿਸ ਪਾਰਟੀ ਦੇ ਲੀਡਰ ਆਫ ਓਪੋਜੀਸ਼ਨ ਹੈ ਕਾਂਗਰਸ ਪਾਰਟੀ ਦੇ ਉਸ ਪਾਰਟੀ ਦੇ ਉੱਤੇ ਵੱਡਾ ਇਲਜ਼ਾਮ ਹੈ ਬਲੂ ਸਟਾਰ ਆਪਰੇਸ਼ਨ ਕਰਾਉਣ ਦਾ ਉਸ ਪਾਰਟੀ ਦੇ ਲੀਡਰਾਂ ਤੇ ਵੱਡਾ ਇਲਜ਼ਾਮ ਹੈ 84 ਦੇ ਕਤਲੇਆਮ ਦਾ ਸੋ ਰਾਹੁਲ ਗਾਂਧੀ ਕਦੀ ਖੁੱਲ ਕੇ ਇਹ ਵੀ ਜ਼ਰੂਰ ਕਹਿਣ ਕਿ ਮੈਂ ਕਾਂਗਰਸ ਪਾਰਟੀ ਦੇ ਉਹਨਾਂ ਸਾਰੇ ਜਿਹੜੇ ਲੀਡਰ ਸੀ ਜਿਹੜੇ ਕਤਲੇਆਮ ਤੇ ਸ਼ਾਮਲ ਸੀ ਮੈਂ ਉਹਨਾਂ ਦੀ ਨਿੰਦਾ ਕਰਦਾ ਇਹ ਵੀ ਰਾਹੁਲ ਗਾਂਧੀ ਬਲੂ ਸਟਾਰ ਆਪਰੇਸ਼ਨ ਦਾ ਖੁੱਲ ਕੇ ਵਿਰੋਧ ਕਰਨ ਠੀਕ ਹੈ ਉਹਨਾਂ ਦੀ ਆਸਥਾ ਹੈ ਸ਼੍ਰੀ ਦਰਬਾਰ ਸਾਹਿਬ ਦੇ ਵਿੱਚੋਂ ਕਈ ਵਾਰ ਜਾਂਦੇ ਨੇ ਪਿੱਛੇ ਜੇ ਉਹਨਾਂ ਨੇ ਲੰਗਰ ਦੀ ਸੇਵਾ ਵੀ ਕੀਤੀ ਉਹ ਆਪ ਵੀ ਜਾਣਦੇ ਨੇ ਮੱਥਾ ਟੇਕਦੇ ਨੇ ਦੁਨੀਆ ਆਉਂਦੀ ਆ ਸ਼੍ਰੀ ਦਰਬਾਰ ਸਾਹਿਬ ਪਰ ਅਗਰ ਅਸੀਂ ਸਿਆਸੀ ਤੌਰ ਤੇ ਸਿੱਖ ਭਾਈਚਾਰੇ ਦੇ ਮਸਲੇ ਉਭਾਰਾਂਗੇ ਤੇ ਸਾਡੀ ਪਾਰਟੀ ਵੱਲੋਂ ਜਿਹੜੀਆਂ ਕਮੀਆਂ ਆ ਰਹੀਆਂ ਨੇ ਭਾਵੇਂ ਰਾਹੁਲ ਗਾਂਧੀ ਦੀ ਪਾਰਟੀ ਵੱਲੋਂ ਜਿਹੜੀਆਂ ਕਮੀਆਂ ਰਹੀਆਂ ਨੇ ਉਹਨਾਂ ਨੂੰ ਵੀ ਖੁੱਲੇ ਦਿਲ ਨਾਲ ਪ੍ਰਵਾਨ ਕਰਨਾ ਪੈਣਾ ਹੈ ਸਿਰਫ ਇਹ ਨਹੀਂ ਕਿ ਜੇ ਭਾਰਤ ਚਨੰਦਰ ਮੋਦੀ ਜਾਂ ਭਾਜਪਾ ਦੀ ਸਰਕਾਰ ਹੈ ਤੇ ਰਾਹੁਲ ਗਾਂਧੀ ਇਹ ਕਹਿਣਗੇ ਕਿ ਸਿੱਖ ਸੁਰੱਖਿਤ ਨਹੀਂ ਧਾਰਮਿਕ ਤੌਰ ਤੇ ਇਹ ਨਹੀਂ ਕਿਹਾ ਜਾ ਸਕਦਾ ਸੋ ਇਹ ਵਿਵਾਦ ਬਹੁਤ ਵੱਡਾ ਹੋ ਗਿਆ rahul gandhi ਦੇ ਬਿਆਨ ਦਾ ਔਰ ਮੈਨੂੰ ਇਹ ਵੀ ਕਿਤੇ ਨਾ ਕਿਤੇ ਲੱਗਦਾ ਹੈ ਕਿ ਹਰਿਆਣਾ ਵਿੱਚ ਚੋਣਾਂ ਨੇ ਕਾਂਗਰਸ ਜਿਹੜੀ ਬਹੁਤ ਫਾਇਦੇ ਵਾਲੀ ਸਥਿਤੀ 'ਚ ਨਜ਼ਰ ਆਉਂਦੀ ਸੀ ਕਿਉਂਕਿ 10 ਸਾਲ ਬੀਜੇਪੀ ਦੀ ਸਰਕਾਰ ਰਹੀ ਹੈ rahul gandhi ਦੇ ਇਸ ਬਿਆਨ ਨਾਲ ਹਰਿਆਣਾ 'ਚ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਦਾ ਨੁਕਸਾਨ ਵੀ ਹੋ ਸਕਦਾ ਹੈ ਅਗਰ ਇਹ ਬੀਜੇਪੀ ਦੇ ਜਿਹੜੇ ਸਿੱਖ ਮੋਰਚਾ ਅਗਰ ਉਹਨਾਂ ਦਾ ਅੰਦੋਲਨ ਇਹ ਹੋਰ ਵੱਡਾ ਹੁੰਦਾ। ਹਾਲਾਂਕਿ ਰਾਹੁਲ ਗਾਂਧੀ ਦਾ ਬਿਆਨ ਕੀ ਸੀ ਬਹੁਤ ਸਾਰੇ ਲੋਕਾਂ ਨੂੰ ਸਮੁੱਚੇ ਤੌਰ ਤੇ ਨਹੀਂ ਪਤਾ ਕਿਉਂਕਿ ਮੀਡੀਆ ਦੇ ਕੁਝ ਹਿੱਸੇ 'ਚ ਬਿਆਨ ਚੱਲਿਆ ਸੀ। ਪਰ ਇਹਦਾ ਬੀਜੇਪੀ ਨੂੰ ਹਰਿਆਣਾ 'ਚ ਵੀ ਨੁਕਸਾਨ ਹੋ ਸਕਦਾ ਹੈ। ਆਉਣ ਵਾਲੇ ਸਮੇਂ 'ਚ ਪੰਜਾਬ 'ਚ ਵੀ ਨੁਕਸਾਨ ਹੋ ਸਕਦਾ ਹੈ ਅਗਰ ਰਾਹੁਲ ਗਾਂਧੀ ਨੇ ਆਪਣੀ ਗੱਲ ਨੂੰ ਪੂਰੀ ਸਪਸ਼ਟਤਾ ਦੇ ਨਾਲ ਦੁਬਾਰਾ ਨਾ ਕੀਤਾ। ਔਰ ਜੋ ਉਹ ਕਹਿਣਾ ਚਾ ਰਹੇ ਸੀ ਅਸਲ ਅਗਰ ਉਹ ਸਮਝਾ ਦੇਣ ਤੇ ਜ਼ਿਆਦਾ ਵਧੀਆ ਦੁਬਾਰਾ ਬਿਆਨ ਰਾਹੁਲ ਗਾਂਧੀ ਨੂੰ ਦੇ ਦੇਣਾ ਚਾਹੀਦਾ ਹੈ ਕਿ ਉਹਨਾਂ ਦੇ ਕਹਿਣ ਦਾ ਭਾਵ ਕੀ ਸੀ ਅਗਰ ਕਿਸੇ ਤੋਂ ਗਲਤੀ ਹੋ ਜੇ ਕਿਸੇ ਬਿਆਨ ਨੂੰ ਕਹਿਣ ਦੇ ਵਿੱਚ ਤੇ ਉਹ ਗਲਤੀ ਮੰਨ ਕੇ ਦੁਬਾਰਾ ਗੱਲ ਕਰ ਦੇਣੀ ਚਾਹੀਦੀ ਹੈ ਸੋ ਮੇਰਾ ਹੀ ਮੰਨਣਾ ਹੈ ਕਿ ਰਾਹੁਲ ਗਾਂਧੀ ਜੋ ਕਹਿਣਾ ਚਾਹ ਰਹੇ ਹੋਣਗੇ ਉਹ ਕਹਿ ਨਹੀਂ ਸਕੇ ਤੇ ਉਹ ਮਿਸਕੋਟ ਕਰ ਗਏ ਕਿਤੇ ਨਾ ਕਿਤੇ ਉਹ ਜਿਹੜੇ ਤੱਥ ਨੇ ਉਹਨਾਂ ਨੂੰ ਹੋਰ ਤਰੀਕੇ ਨਾਲ ਕਹਿ ਗਏ ਤੇ ਇਹ ਵੱਡਾ ਵਿਵਾਦ ਬਣ ਗਿਆ ਔਰ ਜਿਸ ਭਲਿੰਦਰ ਸਿੰਘ ਹੋਣਾ ਦਾ ਉਹਨਾਂ ਨੇ ਨਾਮ ਵੀ ਲਿਆ ਉਦਾਹਰਨ ਦੇਣ ਦੇ ਲਈ ਉਹ ਵੀ ਰਾਹੁਲ ਗਾਂਧੀ ਦੇ ਬਿਆਨ ਤੋਂ ਸੰਤੁਸ਼ਟ ਨਹੀਂ ਹੈ ਉਹਨਾਂ ਨੇ ਵੀ ਆਪਣੀ ਇੱਕ ਵੀਡੀਓ ਪਾਈ ਕਿ ਰਾਹੁਲ ਗਾਂਧੀ ਨੇ ਜੋ ਕੁਝ ਕੀਤਾ ਮੈਂ ਉਹਦੇ ਨਾਲ ਸੰਤੁਸ਼ਟ ਨਹੀਂ ਹਾਂ ਮੈਂ ਇੱਕ ਸਿੱਖ ਹਾਂ ਔਰ ਭਾਰਤ 'ਚ ਮੈਂ ਪੂਰੀ ਆਜ਼ਾਦੀ ਦੇ ਨਾਲ ਕਿਤੇ ਵੀ ਆਣਾ ਜਾਣਾ ਸੋ ਰਾਹੁਲ ਗਾਂਧੀ ਦਾ ਇਹ ਬਿਆਨ ਬਹੁਤ ਜ਼ਿਆਦਾ ਵਿਵਾਦਿਤ ਬਣਿਆ ਹੈ ਇਹ ਵਿਵਾਦ ਅੱਗੇ ਕਿੰਨਾ ਕੁ ਵੱਧ ਹੈ ਕਦੋਂ ਖਤਮ ਹੁੰਦਾ ਹੈ ਪਰ ਪੰਜਾਬ 'ਚ ਵੀ ਕਾਂਗਰਸ ਪਾਰਟੀ ਦੇ ਲੋਕ ਚਿੰਤਿਤ ਹੋਣਗੇ ਕਿਉਂਕਿ 2024 ਦੀਆਂ ਜਿਹੜੀਆਂ ਚੋਣਾਂ ਹੋਈਆਂ ਨੇ ਲੋਕ ਸਭਾ ਦੀਆਂ ਰਾਹੁਲ ਗਾਂਧੀ ਕਾਫੀ ਵੱਡੇ ਪੱਧਰ ਤੇ ਵੋਟਾਂ ਹਾਸਲ ਕਰਨ ਚ ਕਾਮਯਾਬ ਰਹੇ ਔਰ ਰਾਹੁਲ ਗਾਂਧੀ ਦੀ ਹਰਮਨ ਪਿਆਰਤਾ ਦੇ ਵਿੱਚ ਵੀ ਵਾਦਾ ਹੋਇਆ ਕੋਈ ਦੂਰਾਈ ਨਹੀਂ ਹੈ ਬਹੁਤ ਸਾਰੇ ਮੁੱਦਿਆਂ ਤੇ ਰਾਹੁਲ ਗਾਂਧੀ ਗੰਭੀਰ ਨੇ ਪਰ ਹਜੇ ਵੀ ਇਹ ਜ਼ਰੂਰੀ ਹੈ ਕਿਸੇ ਵੀ ਲੀਡਰ ਲਈ ਭਾਵੇਂ ਨਰਿੰਦਰ ਮੋਦੀ ਨੇ ਜਾਂ ਰਾਹੁਲ ਗਾਂਧੀ ਨੇ ਜਾਂ ਹੋਰ ਲੀਡਰ ਨੇ ਨਰਿੰਦਰ ਮੋਦੀ ਨੇ ਵੀ ਚੋਣਾ ਵੇਲੇ ਜਿਹੜਾ ਮੰਗਲ ਸੂਤਰ ਵਾਲਾ ਬਿਆਨ ਦਿੱਤਾ ਸੀ ਉਹ ਵੀ ਕੋਈ ਬਹੁਤਾ ਚੰਗਾ ਬਿਆਨ ਨਹੀਂ ਸੀ ਸੋ ਜਿਹੜੇ ਵੱਡੇ ਲੀਡਰ ਨੇ ਉਹਨਾਂ ਨੂੰ ਧਾਰਮਿਕ ਇਹ ਜਾਂਚ ਪਾਤ ਦੇ ਮਾਮਲੇ 'ਚ ਬਹੁਤ ਸੋਚ ਸਮਝ ਕੇ ਪੂਰੀ ਤਿਆਰੀ ਕਰਨ ਤੋਂ ਬਾਅਦ ਬਿਆਨ ਦੇਣੇ ਚਾਹੀਦੇ ਨੇ ਸੋ ਇਹਦੇ ਨਾਲ ਵਿਵਾਦਾਂ ਤੋਂ ਬਚਿਆ ਜਾ ਸਕੇ ਬਹੁਤ ਬਹੁਤ ਧੰਨਵਾਦ ਡੱਲਾ ਜੀ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਤੁਸੀਂ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੀਆਂ ਪ੍ਰੋਗਰਾਮ ਦੇ ਨਾਲ ਜੁੜਨ ਦੇ ਲਈ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਸੋ ਬਾਕੀ ਵੇਖਦੇ ਹਾਂ ਆਉਂਦੇ ਸਮੇਂ 'ਚ ਰਾਹੁਲ ਗਾਂਧੀ ਉਹਨਾਂ ਦਾ ਕੋਈ ਹੋਰ ਸਪਸ਼ਟਿਕਰਨ ਆਉਂਦਾ ਕਿਉਂਕਿ ਭਾਜਪਾ ਦੇ ਇੱਕ ਤੋਂ ਬਾਅਦ ਇੱਕ ਲੀਡਰ ਰਾਹੁਲ ਗਾਂਧੀ ਦੇ ਬਿਆਨ ਦੀ ਨਿੰਦਾ ਕਰ ਰਵਨੀਤ ਬਿੱਟੂ ਨੇ ਵੀ ਰਾਹੁਲ ਗਾਂਧੀ ਦੇ ਬਿਆਨ ਦੀ ਨਿੰਦਾ ਕੀਤੀ ਹੈ ਪਰ ਕੋਈ ਵੀ ਤੇ ਕਿਸੇ ਗੱਲ ਤੋਂ ਅਸਹਿਮਤ ਹੈ ਮੇਰਾ ਕੋਈ ਵੀ ਕਿਸੇ ਵਿਚਾਰ ਨਾਲ ਵੀ ਤੁਹਾਡੀ ਅਸਹਿਮਤੀ ਹੈ ਤੇ ਤੁਹਾਡੀ ਵਿਚਾਰ ਦੀ ਤੁਹਾਡੀ ਤੁਹਾਡੇ ਪੱਖ ਦਾ ਖੁੱਲਾ ਸੱਦਾ ਹੈ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਜ਼ਰੂਰ ਮੇਰੇ ਨਾਲ ਆਪਣੀ ਗੱਲ ਸਾਂਝੀ ਕਰ ਸਕਦੇ ਹੋ ਮੈਂ ਤੁਹਾਡਾ ਵਿਚਾਰ ਵੀ ਅੱਗੇ ਵਧਾਵਾਂਗਾ ਬਹੁਤ ਬਹੁਤ ਧੰਨਵਾਦ